ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਅੱਜ ਜੋ ਟੀਵੀ ਚੈਨਲ ਦੀ ਟੀਮ ਨੇ ਵੱਖੋ ਪਿੰਡਾਂ ਦੌਰਾ ਕੀਤਾ ਤਾਂ ਵੇਖਿਆ ਕਸਬਾ ਰਮਦਾਸ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਲੰਗਰ ਤਾਂ ਜ਼ਰੂਰ ਮਿਲ ਰਿਹਾ ਵਾ, ਪਰ ਜਿਹੜੀਆਂ ਹੋਰ ਸੁੱਖ ਸਹੂਲਤਾਂ ਉਹ ਨਹੀਂ ਮਿਲ ਰਹੀਆਂ ਉਹਨੂੰ, ਜਦਕਿ ਬੱਚੇ ਜਿਹੜੇ ਆ ਦੁੱਧ ਨੂੰ ਆਪਰ ਬੈਠੇ ਆ, ਦੁੱਧ ਨਹੀਂ ਮਿਲ ਰਿਹਾ, ਖੰਡ ਪੱਤਲੀ ਨਹੀਂ ਮਿਲ ਰਹੀ। ਜਿਹੜੇ ਗਰੀਬ ਪਰਿਵਾਰ ਨੇ ਉਹ ਦਿਹਾੜੀ 'ਤੇ ਜਾ ਨਹੀਂ ਸਕਦੇ ਕਿਉਂਕਿ ਕਰਫਿਊ ਲੱਗਾ ਹੋਣ ਕਰਕੇ ਚਾਰ ਸਵੇਰੇ ਸ਼ਾਂਤੀ ਦਾ ਮਾਹੌਲ ਬਣਿਆ ਪਿਆ ਆ, ਬਹੁਤ ਜ਼ਿਆਦਾ ਸ਼ਾਂਤੀ। ਚਾਰ ਸਵੇਰੇ ਸੜਕਾਂ ਸੁਣੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਸੜਕਾਂ ਸੁਣੀਆਂ ਹੋਣ ਕਰਕੇ ਕਰਫਿਊ ਲੱਗਣ ਕਰਕੇ ਕੋਈ ਵੀ ਮੈਡੀਕਲ ਦੀ ਦੁਕਾਨ ਨਹੀਂ ਖੁੱਲ੍ਹੀ, ਕੋਈ ਸਬਜ਼ੀ ਵਾਲੀ ਨਹੀਂ, ਕੋਈ ਕਰਿਆਨੇ ਨਹੀਂ ਖੁੱਲ੍ਹ ਰਹੇ। ਖਾਸ ਕਰਕੇ ਰਮਦਾਸ ਦੇ ਵਿੱਚ ਲੋਕਾਂ 'ਚ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਕਿਉਂਕਿ ਉੱਥੇ ਦਵਾਈਆਂ ਨਹੀਂ ਮਿਲ ਰਹੀਆਂ, ਹੋਸਪਿਟਲ ਦੀ OPD ਬੰਦ ਹੋਣ ਕਰਕੇ ਕੋਈ ਦਵਾਈ ਨਹੀਂ ਮਿਲ ਰਹੀ ਅਤੇ ਲੋਕ ਬੜੇ ਖੱਜਲ ਖਰਾਬ ਹੋ ਰਹੇ ਹਨ। ਅਤੇ ਗਰੀਬ ਪਰਿਵਾਰ ਹਨ ਉਹ ਕਹਿ ਰਹੇ ਹਨ ਕਿ ਸਾਨੂੰ ਰੋਟੀ ਤਾਂ ਮਿਲ ਰਹੀ ਆ, ਪਰ ਜਿਹੜੀਆਂ ਸਾਡੀ ਸੁੱਖ ਸਹੂਲਤਾਂ ਵਾਲੀਆਂ ਚੀਜ਼ਾਂ ਜਾਂ ਦੁੱਧ ਆ, ਖੰਡ ਆ, ਪੱਤੀ ਆ, ਸਾਬਣ ਆ, ਇਹ ਵੀ ਸਾਨੂੰ ਮਿਲਣਾ ਚਾਹੀਦਾ। ਇਸੇ ਤਰ੍ਹਾਂ ਦੀ ਮਿਸਾਲ ਇੱਕ ਪਿੰਡ ਪੱਬਰ ਵਾਲੀ ਸਰਪੰਚ ਵੱਲੋਂ ਪਹਿਲ ਕੀਤੀ ਗਈ ਆ, ਜਿਸ ਨੇ 3 ਕਿਲੋ ਆਟਾ, 1 ਕਿਲੋ ਗੰਡੇ, 1 ਕਿਲੋ ਅੱਧਾ ਕਿਲੋ ਪਿਆਜ਼ ਦਿੱਤੇ ਜਾ ਰਹੇ ਆ। ਜੇ ਗਰੀਬਾਂ ਨਾਲ ਸੰਬੰਧਿਤ ਆ ਉਹਨਾਂ ਨੂੰ ਘਰ ਘਰ ਜਾ ਕੇ ਇਹ ਰਾਸ਼ਨ ਦਿੱਤਾ ਜਾ ਰਿਹਾ ਵਾ। ਕੋਈ ਪ੍ਰਸ਼ਾਸਨ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ, ਕੈਪਟਨ ਸਾਹਿਬ ਵੱਲੋਂ ਅਤੇ ਮੋਦੀ ਸਰਕਾਰ ਵੱਲੋਂ ਜੋ ਫੈਸਲਾ ਲਿਆ ਗਿਆ ਵਾ ਇਹ ਫੈਸਲਾ ਬਹੁਤ ਵਧੀਆ ਕੀਤਾ ਗਿਆ। ਪਬਲਿਕ ਦਾ ਵੀ ਫਰਜ਼ ਬਣਦਾ ਕਿ ਇਸ ਕਰਫਿਊ ਨੂੰ ਕਾਮਯਾਬ ਕਰਨ, ਆਪਣੇ ਘਰਾਂ ਦਾ ਰਹਿਣ, ਕਿਉਂਕਿ ਇਸ ਜਿਹੜੀ ਮਹਾਂਮਾਰੀ ਦੇ ਬਿਮਾਰੀ ਫੈਲੀ ਹੋਈ ਆ ਉਹ ਤੋਂ ਬਚਾਅ ਹੋ ਸਕੇ, ਨਾ ਕਿ ਕਿਸੇ ਦੂਸਰਬਾਜ਼ੀ ਕੀਤੀ ਜਾਵੇ। ਸਾਰਿਆਂ ਨੂੰ ਇੱਕ ਸਟੇਜ ਉੱਤੇ ਆਣ ਕੇ ਕੰਮ ਕਰਨਾ ਚਾਹੀਦਾ ਹੈ। ਹਰਜਿੰਦਰ ਸਿੰਘ, ਦਿਵਿਆ ਪੰਜਾਬ, ਰਮਦਾਸ। ਹਾਂਜੀ ਭਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਹੀ ਧੰਨਵਾਦੀ ਹਾਂ ਕੈਪਟਨ ਸਰਕਾਰ ਦਾ ਅਤੇ ਮੋਦੀ ਸਾਹਿਬ ਦਾ ਜੋ ਇਹਨਾਂ ਨੇ ਕੋਰੋਨਾ ਵਾਇਰਸ ਕਰਕੇ ਕਰਫਿਊ ਲਗਾ ਕੇ ਸਾਡੀ ਸੇਫਟੀ ਵਾਸਤੇ ਬਹੁਤ ਹੀ ਉਪਰਾਲਾ ਕੀਤਾ ਹੈ। ਇਸ ਕਰਕੇ ਬਹੁਤ ਧੰਨਵਾਦ ਪਿੰਡ ਕੋਟ ਮੌਲਵੀ ਵੱਲੋਂ ਕੈਪਟਨ ਸਰਕਾਰ ਦਾ ਅਤੇ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇਹਨਾਂ ਦੇ ਨਾਲ ਇਹਨਾਂ ਦਾ ਪੂਰਾ ਸਰਕਾਰ ਦਾ ਜੋ ਵੀ ਇਹਨਾਂ ਨੇ ਕੀਤਾ ਇਹਦਾ ਸਹਿਯੋਗ ਦੇਵਾਂਗੇ ਫੁੱਲ। ਦੂਸਰੀ ਬੇਨਤੀ ਹੈ ਕਿ ਅਸੀਂ ਰਾਜ ਮਿਸਤਰੀ ਦਾ ਕੰਮ ਕਰਦੇ ਹਾਂ, 5-10 ਦਿਨ ਤੋਂ ਕੋਈ ਕਾਰੋਬਾਰ ਨਹੀਂ ਚੱਲ ਰਿਹਾ। ਸਰਕਾਰ ਨੂੰ, ਪ੍ਰਸ਼ਾਸਨ ਨੂੰ ਬੇਨਤੀ ਹੈ ਜੋ ਸਾਡੀਆਂ ਘਰੇਲੂ ਵਸਤਾਂ ਚਾਹੀਦੀਆਂ ਨੇ, ਰਾਸ਼ਨ ਪਾਣੀ ਜਾਂ ਹੋਰ ਵੀ, ਉਹ ਸਾਨੂੰ ਮੁਹੱਈਆ ਕਰਵਾਈਆਂ ਜਾਣ ਜਲਦੀ ਤੋਂ ਜਲਦੀ। ਇਸ ਕਰਕੇ ਕੋਈ ਕਾਰੋਬਾਰ ਨਹੀਂ ਹੋ ਰਿਹਾ, ਆਪਣਾ ਇਹੀ ਰਾਜ ਮਿਸਤਰੀ ਦਾ ਕੰਮ ਕਰਦੇ ਹਾਂ, ਇਹੀ ਕਾਰੋਬਾਰ ਹੈ ਅਤੇ 10 ਦਿਨ ਤੋਂ ਬਿਲਕੁਲ ਵਿਹਲੇ ਹਾਂ ਅਤੇ ਕੋਈ ਰੁਜ਼ਗਾਰ ਨਹੀਂ ਹੋ ਰਿਹਾ। ਅਤੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜੀਆਂ ਇਹ ਕੈਪਟਨ ਸਾਹਿਬ ਨੇ DC ਸਾਹਿਬ ਨੂੰ ਜਾਂ ਕਿਸੇ ਨੂੰ ਹੋਰ ਨੂੰ ਇਹ ਰਾਸ਼ਨ ਵਾਸਤੇ ਮਾਇਆ ਦਿੱਤੀ ਹੈ, ਉਹ ਜਲਦੀ ਤੋਂ ਜਲਦੀ ਸਾਡੇ ਤੱਕ। ਹਾਂਜੀ, ਬਾਕੀ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਕਿ ਪਿੰਡਾਂ 'ਚ ਰਾਸ਼ਨ ਪਾਣੀ ਦੀ ਪ੍ਰੋਬਲਮ ਆ ਰਹੀ ਆ ਉਹ ਘਰ ਘਰ ਪਹੁੰਚਾਇਆ ਜਾਵੇ, ਅਤੇ ਬਾਕੀ ਮੈਡੀਕਲ ਸਟੋਰਾਂ ਬਾਰੇ ਉਹ ਵੀ ਪਿੰਡਾਂ 'ਚ ਬਹੁਤ ਪ੍ਰੋਬਲਮ ਆ ਰਹੀ ਆ, ਕੋਈ ਇੱਕ ਅੱਧਾ ਸਟੋਰ ਜਾਂ ਮੈਡੀਸਨ 2 ਘੰਟੇ ਸਵੇਰੇ ਸ਼ਾਮੀ ਖੁੱਲ੍ਹਾ ਹੋਵੇ ਤਾਂ ਜੋ ਬੰਦਾ ਮੈਡੀਸਨ ਲੈ ਸਕੇ। ਬਾਕੀ ਹੋਰ ਕੋਈ ਮਤਲਬ ਬਾਕੀ ਦੁਕਾਨਾਂ ਦੁਕਾਨਾਂ ਰਾਸ਼ਨ ਪਾਣੀ ਜਾਂ ਦੁਕਾਨਾਂ ਦੀ ਖੋਲ੍ਹ ਦਿੱਤੀ ਜਾਏ ਥੋੜ੍ਹੀ ਬਹੁਤੀ, ਜਾਂ ਫਿਰ ਰਾਸ਼ਨ ਪਾਣੀ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਪਿੰਡਾਂ 'ਚ ਪਹੁੰਚਾਇਆ ਜਾਵੇ।